ਸ਼ਿਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਤੁਹਾਡੇ ਆਪਣੇ UK ਵਲੌਗਰਸ YouTube ਚੈਨਲ ਤੇ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਉਣੀ ਆ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ ਜਿਹੜੇ ਕਿ 1984 ਦੇ ਘੱਲੂਘਾਰੇ ਦੇ ਵਿੱਚ ਸ਼ਹੀਦ ਹੋਏ ਨੇ ਸੋ ਵੀਡੀਓ ਨੇ ਇੱਕ ਆਪਣੇ ਤੌਰ ਤੇ ਮੈਂ ਜਿਹੜਾ ਜਿੰਨਾ ਕੁ ਮੈਂ ਕਰ ਸਕਦਾ ਜੋ ਕਿ ਮੇਰੇ ਦਿਲ 'ਚ ਭਾਵਨਾ ਹੈ ਸ਼ਹੀਦਾਂ ਦੇ ਪ੍ਰਤੀ ਸੋ ਪਹਿਲਾਂ ਮੱਥਾ ਟੇਕ ਕੇ ਆਉਂਦੇ ਹਾਂ ਗੁਰਦੁਆਰਾ ਸਾਹਿਬ ਅਤੇ ਕੁਝ ਕੁ ਸੰਤਾਂ ਦੀਆਂ ਜਿਹੜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੀਆਂ ਮੈਂ ਵੀਡੀਓ ਕਲੈਕਟ ਕੀਤੀਆਂ ਨੇ ਅਤੇ ਉਹ ਪਾਵਾਂਗੇ ਅਤੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਈਏ ਸਿੰਘਾਂ ਨੇ ਇੰਨਾ ਜ਼ਿਆਦਾ ਮੁੱਲਬੰਦੀ ਕੀਤੀ ਸੀਗੀ ਸੋ ਜਿਹੜਾ ਕੇਸ ਬਰਾੜ ਆ ਉਹ ਆਪਣੇ ਹੀ ਇੰਟਰੋ ਵਿੱਚ ਦੱਸਦਾ ਕਿ ਇਹ 12 ਵਜੇ ਤੱਕ ਜਿਹੜੀ ਸੀਗੀ ਚਾਰ ਜੂਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਘੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ 1984 ਦਾ ਸਾਲਮਾ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਤਾਂ ਮੈਨੂੰ ਸੰਤ ਪਿੰਡਾਂ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਦੇ ਦਰਸ਼ਨ ਕਰਨ ਦਾ ਪਹਿਲਾਂ ਮਾਰਚ ਦੇ ਮਹੀਨੇ ਵਿੱਚ ਮੈਨੂੰ ਸਵਾ ਮਿਲਿਆ ਸੀ ਅਤੇ ਮੈਨੂੰ ਉਸੇ ਤਰ੍ਹਾਂ ਮੋਹਰੇ ਨਜ਼ਰ ਆਉਂਦੇ ਹਨ ਉਸ ਵੇਲੇ ਗੁਰੂ ਨਾਨਕ ਨਿਵਾਸ ਬਿਲਡਿੰਗ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਹੋਣਗੇ ਉਹਦੀ ਟੋਪ ਫਲੋਰ 'ਤੇ ਕਾਰਪਟਾਂ ਵਿਛੀਆਂ ਹੋਈਆਂ ਸਨ ਅਤੇ 51 ਸੀ ਜਿਹਦੇ ਉੱਤੇ ਸੰਤ ਬਾਬਾ ਜਰਨੈਲ ਸਿੰਘ ਜੀ ਬੈਠੇ ਸਨ ਅਤੇ ਜਦੋਂ ਦਾਸ ਉੱਥੇ ਹਾਜ਼ਰ ਹੋਇਆ ਤਾਂ ਉਹਨਾਂ ਨੇ ਇੱਕਦਮ ਲੱਤਾਂ ਪਰ ਜਿੱਦਾਂ ਆਪਾਂ ਕਹਿ ਦਈਏ ਬੈਠੇ ਆਏ ਕਰਕੇ ਮੇਰੇ ਨਾਲ ਇੱਥੇ ਅੱਗ ਬੈਠ ਅਤੇ ਉਦੋਂ ਉਸ ਤੋਂ ਪਹਿਲਾਂ ਅਸੀਂ ਇੱਥੇ ਡੈਮੋਸਟ੍ਰੇਸ਼ਨ ਕੀਤੀ ਸੀ ਤੁਹਾਡੇ ਵਿੱਚੋਂ ਬਹੁਤ ਮੇਰੇ ਵੀਰਾਂ ਭੈਣਾਂ ਨੂੰ ਯਾਦ ਹੋਵੇਗਾ ਕਿ ਜਿਸ ਵਿੱਚ ਦਾਸ ਵੀ ਉਦੋਂ ਆਪਣਾ ਇਹਨਾਂ ਨੂੰ ਸੇਵਾਦਾਰ ਹੋਣ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸੇਵਾਦਾਰ ਹੋਣ ਦੇ ਨਾਤੇ ਉਹਦੇ ਵਿੱਚ ਇੱਕ ਜਵਾਨੀ ਵੀ ਸੀ ਥੋੜ੍ਹਾ ਜਿਹਾ ਉਹਦੇ ਵਿੱਚ ਕਾਫੀ ਅੱਗੇ ਹੋ ਕੇ ਹਿੱਸਾ ਪਾਇਆ ਸੀ ਜੋ ਕਿ ਉਹਨਾਂ ਦੇ ਕੋਲ ਗਈਆਂ ਫੋਟੋਆਂ ਪਈਆਂ ਸਨ ਅਤੇ ਮੈਨੂੰ ਉਹੀ ਦਿਨ ਯਾਦ ਆ ਜਾਂਦਾ ਹੈ ਪਰ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇਹੀ ਕਹਾਂਗਾ ਕਿ ਅਸੀਂ ਕੋਟਨ ਰੋਡ 'ਤੇ ਬਾਤ ਕਰਦੇ ਹਾਂ ਉਹਨਾਂ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹਨਾਂ ਵਿਛੜੀਆਂ ਰੂਹਾਂ ਨੂੰ ਹਮੇਸ਼ਾ ਵਿਛਾਰੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਿਸ਼ ਕਰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਿੱਖ ਕੌਮ ਨੂੰ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਦਾ ਵੱਲ ਬਖਸ਼ਿਸ਼ ਕਰ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪ ਸਾਰਿਆਂ ਨੂੰ ਇੱਕ ਤਰਫਾ ਭੇਜੀਆਂ ਆਖਦਾ ਹਾਂ ਆਪ ਭਾਗਾਂ ਵਾਲੇ ਹੋ ਜੋ ਗੁਰਦੁਆਰਾ ਸਾਹਿਬ ਦੇ ਤਿਆਰ ਕੇ ਉਹਨਾਂ ਸਕੂਲ ਸ਼ਹੀਦਾਂ ਨੂੰ ਇਹ ਆਪਣੇ ਆ ਕੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਹੋ ਇਹਨਾਂ ਕਹਿੰਦਾ ਹੋਇਆ ਪਹੁੰਚਾ ਕਿ ਚਿਮਾਨ ਦਾਸ ਕੋਲ ਬੰਦ ਕਰਨ ਦਾ ਕਹਿ ਗਿਆ ਹੋਵੇ ਤਾਂ ਚਿਮਾਨ ਦਾ ਜਾ ਚੁੱਕਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮ ਪਾਤਸ਼ਾਹ ਜੀ ਦੇ ਸਰੂਪ ਹਾਜ਼ਰਾ ਜ਼ਰੂਰ ਜਹਰਾ ਜ਼ਰੂਰ ਤਖ਼ਤ ਚੌਰ ਛਤ ਦੇ ਮਾਲਿਕ ਸਮਰੱਥ ਕਲਾ ਸਤ ਸਰਬ ਕਲਾ ਸਮਰਾਟ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਹਜ਼ੂਰੀ ਵਿੱਚ ਬੈਠੀ ਗੁਰੂ ਘਰੀ ਸਤਸੰਗ ਜੀ ਫਤਿਹ ਪ੍ਰਾਉਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਸਤਿਕਾਰਯੋਗ ਹੁੰਦਰ ਸਾਹਿਬ ਪ੍ਰਧਾਨ ਸਾਹਿਬ ਨਿਤ ਸਿੰਘ ਵਾਸੀ ਜੀ ਆਪ ਜੀ ਨੂੰ ਸ਼ਰਧਾਂਜਲੀ ਸਿੰਘਾਂ ਨੂੰ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇ ਗਏ ਹਨ ਅਤੇ ਸਿੰਘ ਸਵਾਲ ਰਣਨੀ ਇਸ ਦੇ ਪ੍ਰਬੰਧ ਦੇ ਵੱਲੋਂ ਅਸੀਂ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਬਹੁਤ ਬਹੁਤ ਧੰਨਵਾਦ ਕਰਦੇ ਜੋ ਆਪ ਕੀਮਤੀ ਟਾਈਮ 'ਚੋਂ ਕੱਢ ਕੇ ਆਸਮਾਨ ਸਿੰਘ ਸ਼ਹੀਦਾਂ ਨੂੰ ਵੀ ਯਾਦ ਕਰਦੇ ਹੋ ਸੋ ਮੈਂ ਸੰਖੇਪ ਦੇ ਵਿੱਚ ਇਤਿਹਾਸ ਬੜਾ ਲਾਉਂਦਾ ਹੈ ਮੈਂ ਸੰਖੇਪ ਦੇ ਵਿੱਚ ਹੀ 2-3 ਮਿੰਟ ਲਾਊਂਗਾ ਸੋ 6 ਜੂਨ 1984 ਦਾ ਘੱਲੂਘਾਰਾ ਜੋ ਉਸ ਵੇਲੇ ਦੀ ਮੌਜੂਦਾ ਗੌਰਮੈਂਟ ਨੇ ਅਕਾਲ ਤਖ਼ਤ ਸਾਹਿਬ ਜੋ ਉਤਾਰਿਆ ਸੀ ਜਾਂ ਹਰਿਮੰਦਰ ਸਾਹਿਬ 'ਤੇ ਗੋਲੀਆਂ ਚਲਾਈਆਂ ਸਨ ਇਹ ਉਹਨਾਂ ਨੇ ਬਹੁਤ ਹੀ ਇੱਕ ਪ੍ਰੀ ਪਲੈਨ ਦੀ ਪਲੈਨਿੰਗ ਸੀਗੀ ਕਿਉਂਕਿ ਉਸ ਦਿਨ 5ਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼੍ਰੀ ਗੁਰਪੁਰਬ ਸੀਗਾ ਸੋ ਉਹਨਾਂ ਨੇ ਬੜਾ ਪ੍ਰੀ ਪਲੈਨ ਕਰਕੇ ਉਹਨਾਂ ਦੇਖਿਆ ਕਿ ਇਸ ਵੇਲੇ ਸੰਗਤਾਂ ਜਿਹੜੀਆਂ ਸਭ ਤੋਂ ਜ਼ਿਆਦਾ ਇਕੱਤਰ ਹੋਣਗੀਆਂ ਦਰਬਾਰ ਸਾਹਿਬ ਵਿਖੇ ਸੋ ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਆਪਣੀ ਜਿਹੜੀਆਂ ਸਿੰਘਾਂ ਦੀ ਨਸਲੂਸੀ ਕਰਨ ਲਈ ਉਹਨਾਂ ਨੇ ਕੀਤੀ ਸੋ 1 ਜੂਨ ਨੂੰ ਜਦੋਂ ਫੌਜ ਨੇ ਜਦੋਂ ਗੋਲੀ ਚਲਾਉਣੀ ਸ਼ੁਰੂ ਕੀਤੀ ਉੱਥੇ ਅਤੇ ਜਨਰਲ ਬਰਾੜ ਜਿਹੜਾ ਉਹ ਚਾਹੁੰਦਾ ਸੀ ਸਾਨੂੰ ਪਤਾ ਲੱਗ ਸਕੇ ਇਹਨਾਂ ਦੇ ਕਿੱਥੇ ਇਹਨਾਂ ਦੇ ਸਾਰੇ ਜਿਹੜੇ ਮੋਰਚੇ ਕਿੱਥੇ ਹਨ ਇਹਨਾਂ ਕੋਲ ਅਸਲਾ ਕਿਹੜਾ ਹੈ ਸੋ 1 ਜੂਨ ਦੇ ਵਿੱਚ ਸਿੰਘਾਂ ਨੇ ਜਵਾਬੀ ਫਾਇਰਿੰਗ ਦੇ ਵਿੱਚ ਬਹੁਤ ਘੱਟ ਗੋਲੀ ਚਲਾਈ ਸਿਰਫ 3-3 'ਤੇ ਜਾਂ ਛੋਟੇ ਦਵਾਰੋਂ ਨਾਲ ਗੋਲੀਆਂ ਚਲਾਈਆਂ ਅਤੇ ਜਨਰਲ ਬਰਾੜ ਜਿਹੜਾ ਸੀ ਉਹ ਦਿੱਲੀ ਆਪਣੀ ਕੰਟਰੋਲ ਰੂਮ ਨਾਲ ਰਾਜੀਵ ਗਾਂਧੀ ਉਸ ਵੇਲੇ ਕੰਟਰੋਲ ਰੂਮ ਦੇ ਵਿੱਚ ਉਹਨਾਂ ਸਿੱਧੀ ਕੰਟੈਕਟ ਵਿੱਚ ਸੀ ਉਹਨਾਂ ਨੂੰ ਦੱਸਦਾ ਹੈ ਕਿ ਇਹ ਜਿਹੜਾ ਮੋਰਚਾ ਹੈ ਸਿਰਫ 2-2.5 ਘੰਟੇ ਦੇ ਵਿੱਚ ਖਤਮ ਕਰ ਦਿੱਤਾ ਜਾਊਗਾ ਜਿਹਨੂੰ ਤੁਸੀਂ ਕਹੋਗੇ ਉਹਨਾਂ ਨੂੰ ਉਸੇ ਵੇਲੇ ਚਾਬੀਆਂ ਭਰ ਦੇ ਜਾਣਗੀਆਂ ਸੋ ਜਿਸ ਵੇਲੇ
2 जून इस तरह इस गोली दौरान पहला जरा 1984 शहीद सिंह होया वा दरबार साहब की ओर सरदार भाई महंगा सिंह बब्बर जिन्हों का संतान ने 2 जून दरबार साहब के सत्कार किया। सो इस उपरंत 2 जून फिर बहुत लागे लागे घर से सारे खाली करवा ले गए। सो साड़िया बहुत ज्यादा बीबिया भैनों ने सोचा कि दरबार साहब उन्होंने घेरा मिलती ने पाना है। सो ये एक कदम पा के पांचवें पातशाह के शहीद उपरंत बाद चला जाएंगे। सो बहुत ज्यादा सारे परिवार से जिहड़ियां साड़ियां बीबिया भैनों से अपने बच्चों बजुर्गों को लैके वो दरबार साहब ही चले गए उन्होंने दिन वास्ते। सो सारे ही तो आप पता ही है किस तरह वो अटैक के आ गए। सो इसी तरह ही फिर 3 जून जदों पंजाब टोटली ही 2-3 जून टोटले सारे पंजाब कर्फ्यू लगा दिता गया। बहुत ज़्यादा सिर्फ दरबार साहब उत्ते ही नहीं अटैक हुआ, सो 37-38 होर गुरद्वारे से जिन्हों उत्ते भी मिलिट्री ने अटैक किया। सो सर इस उपरंत 3 जून बहुत ज़्यादा भारी गोलाबारी होंगी रही तो 4 जून सवेरे 4:30 जो पहला अकाल तख्त सर उत्ते गोला जरा फौज ने मारिया। सो इस तरह ही बिहार की जी पहली पाटन से पाटन के तकरीबन 10-12 हज़ार फौजी होंगे हैं वो पहली पाटन जी बिहार की अगे उन्होंने वधाई तो असी उस सूरमे सलूट करते हैं जनरल शबेक सिंह जिस तरह के आप सारे शहीदों के नाम नहीं लै सकते स्टोटली जो कि दूसरा शहीद जरा छोटा लगना पैदा सारे ही शहीद साढ़े सत्कारयोग हैं। पर मेरे दिल के आप विचार हैं जनरल शबेक सिंह ने इन्नी ज्यादा मोर्चाबंदी की सी कि जी पहली फौज की पाटन जी गई वो कोई 20-25 मिनट ही टिक सकी। सो उन्होंने कोई तीन चीज दो सारे प्रणाम जे गिनना हो कोई गिन भी नहीं सकता। सो जे पिछे को थोड़ा जहा चले जाने अभी ननकाणा साहब के जैसे मोर्चे के अज भी हम गल कर लो किसान मोर्चे से ਕਿੰਨੇ ਸੈਂਕੜੇ ਬੱਚੇ ਬੱਚੀਆਂ ਸਿੰਘ ਸ਼ਹੀਦ ਹੋਏ ਨੇ ਸਮੂਹ ਸਿੰਘਾਂ ਨੂੰ ਕੋਟ ਕੋਟ ਪ੍ਰਣਾਮ। ਜੇ ਸੋਚੀਏ ਵੀ ਇਹਨਾਂ ਨੇ ਸਾਨੂੰ ਸ਼ਹੀਦੀਆਂ ਨੇ ਦਿੱਤਾ ਵੀ ਸ਼ਹੀਦੀਆਂ ਨੇ ਬੜਾ ਕੁਝ ਦਿੱਤਾ। ਮੈਂ ਰਵਾਜ਼ ਤੋਂ ਗੱਲ ਕਰ ਲਵਾਂ ਕਿ ਬਾਬਾ ਬੰਦਾ ਸਿੰਘ ਦੀ ਬਹਾਦਰ ਦੀ ਉਹਨੇ ਕੁਰਬਾਨੀ ਸ਼ਹੀਦੀ ਗਿਆ ਉੱਥੇ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਅਤੇ ਉਸੇ ਜਗ੍ਹਾ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤ ਕੇ ਅਤੇ ਸਿੱਖ ਰਾਜ ਕਾਇਮ ਹੋਇਆ ਸੀ। ਇਹ ਚਾਰੇ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਆ ਉਹਨਾਂ ਤੋਂ ਮਗਰ ਉਸੇ ਜਗ੍ਹਾ ਰਾਜ ਹੋਇਆ ਸੀ। ਇਹ ਕਿਉਂ ਸੰਭਵ ਹੋਇਆ? ਕਿਉਂਕਿ 9ਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਆ ਅਤੇ 10ਵੇਂ ਪਾਤਸ਼ਾਹ ਨੇ ਖਾਲਸਾ ਬਣਾ ਦਿੱਤਾ। ਇਹ ਕਿੱਦਾਂ ਸੰਭਵ ਹੋਇਆ ਕਿ ਉਸ ਤੋਂ ਪਹਿਲਾਂ 5ਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਅਤੇ 6ਵੇਂ ਪਾਤਸ਼ਾਹ ਨੇ ਮੀਰੀ ਅਤੇ ਪੀਰੀ ਨੇ ਸਾਡੀ ਕੌਮ ਨੂੰ ਸ਼ਸਤਰਧਾਰੀ ਬਣਾ ਦਿੱਤਾ, ਨਿਡਰ ਬਣਾ ਦਿੱਤਾ, ਹੌਸਲੇ ਦੇ ਦਿੱਤੇ। ਸੋ ਕਦੇ ਵੀ ਅਸੀਂ ਗਿਣਤੀ ਨਹੀਂ ਕਰ ਸਕਦੇ ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਦੁੱਲੇ ਜਾਂ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਟੋਕਰ ਲੈਂਦੇ ਜਾਂ ਤਸਵੀਰ ਬਦਲਦੀ ਕੌਮਾਂ ਦੀ, ਸਮੂਹ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ। ਸਰਦਾਰ ਮੇਜਰ ਸਿੰਘ ਜੀ ਬਾਜੀ ਪ੍ਰਧਾਨ ਇਸ ਸਭਾ ਦੇ ਉਹ 1-2 ਮਿੰਟ ਵਾਸਤੇ ਸਾਡੇ ਵੀਰ ਭਰਾ ਉੱਤੇ ਬੈਠੇ ਹਨ, ਸਾਡੀਆਂ ਭੈਣਾਂ ਬੀਬੀਆਂ ਬੈਠੀਆਂ ਹਨ, ਅਸੀਂ ਉਹਨਾਂ ਨੂੰ ਆਪਣਾ ਸੀਸ ਨਵਾਉਂਦੇ ਹਾਂ ਕਿ ਉਹ ਵੀ ਉੱਥੇ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਸਤਿਗੁਰਾਂ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਉਹ ਮੋਰਚਾ ਜਲਦੀ ਫਤਿਹ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ।
कहते कातल है, मैं थोड़ी निगाह च कातल हाँ, साड़ी निगाह चो जिंदे शहीद से बहादुर है। कहते क्यों? मैं साढ़े 13 सिंह का खून पीन वाला, 78 जख्मियों का खून पीन वाला। तो जे वो आपके चेले चाटरिया 500 रुपया घरे बैठे गुरबचना नरक धार के दे सकता है। और जिन्होंने डिगी हुई कौम की मुछ न रोदी हुई अणख न अपनी माता के चुंगे दुध में सफलिया करने वास्ते कुख न भाग लिया हो गुरबचन के भवन च पहुंच के ओरी धौन से रख के गोडा ओरी वक्खी विच नहीं लगा के कौम नूं जिंदा कीता। मेरा कोई हक नहीं बनता उन्होंने सेवा करनी। समा आया तो जरूर सिख कौम जिंदी है बदला लवेगी। एक भरोसे ने गल जरूर कर दिना टांडे वाली रहूगी ना भांडिया वाली है मूह जूस ला के जपान नहीं छाया जाना। आनंदपुर का मता पूरा मिलू कि जहां शीस लगन गए कुछ अखबार वाले भी पाबंदी लाई बैठे जो हम खबर देव कि करड़ी खबर छाप देनी इस वास्ते सिख डावा डोलना हो श्रोमणी अकाली दल का प्रधान श्रोमणी कमेटी का प्रधान MLA MP ते वजीर बन गया। जो सजा गुरु की संगत देगी मैं भुगतूंगा। मेरी केवल ड्यूटी प्रचार की है वो मैं करते रहना। दिल्ली विखे इकट्ठ होया प्रधानमंत्री आई सारी संगत उठ के खड़ी हो गई। बीमारी पै गई सानू सारिया नू जदों आई सारी संगत खड़ी होई संत कल्ले ताबिया बैठे रहे आके बैठ गई। सारिया ने वारी वारी बोलना आरंभ किया। संतां दा टाइम आया महापुरखां ने कह रहा बीबी असि तैनू पुछना चाहते हां तू संगत च आके ये गुरु तेग बहादुर साहिब नूं आसान जणाउंदी है जिन्ने शरीर ते रोम आ कुल हिंदुआं दे तेरे कली दे नहीं तू तां मुन्नी फिर जी साबत नहीं रहण दित्ते। कुल हिंदुआं दे जिन्ने किसे माड़े मोटे केस है इन्ने वेड़ा जन्म लै के ते सारे हिंदू अपना सिर वध के गुरु तेग बहादुर साहब दे हाजिर कर दियो गुरु तेग बहादुर साहब दा आसान नहीं चुका सकोंगे। ये गल स्टेज ते कही सी गुलामी करो लाउणी है ते रास्ता अख्तियार करना पैना है चाहे अज कर लियो चाहे फेर कर लियो पर ये नहीं लैके मुठ ते रेहड़ी वाले रिक्शे वाला रोड दे जा के दुकान लुट लो होर कोई चोरी कर लियो ये सिखी दा असूल नहीं। कोई सुखना सुखने आया ते कोई सुखना लौंदा सी कोई छकदा सी पुलका ते कोई सरोवर नौंदा सी दुध दियां बोतलां भरन गवाही कान बच्चियां दा भी होया ए तेरे अपनियां ने ही माड़ी कीती बाग जल्लियां वाला भी रोया ए लक थमलियां दा टुटिया
ਉੱਤੇ ਹੋਈ ਜ਼ਖਮੀ ਇੱਟ ਇੱਟ ਮਰੇ ਦਰਬਾਰ ਦੀ, ਕਿਤੇ ਇੱਕ ਮਰਿਆ ਕਿਤੇ ਦੋ ਮਰੇ ਤੇ ਕਿਤੇ ਅਰਥੀ ਉੱਠੀ ਪੂਰੇ ਪਰਿਵਾਰ ਦੀ। ਚਾਰ ਦਰ ਸੀ ਜਿਹਦੇ ਹਰ ਇੱਕ ਦੇ ਆਵਣ ਲਈ, ਉਹ ਕੰਜਰਾਂ ਨੇ ਵਰਤੇ ਟੈਂਕਾਂ ਤੋਪ ਲਿਆਵਣ ਲਈ। ਕਿਉਂ ਹੋਇਆ ਕਿਹਨੇ ਕੀਤਾ ਕੁਝ ਖਾਸ ਤਾਂ ਜਾਣਾ ਨਾ, ਕੁਰਸੀ ਦੇ ਕੁੱਤਿਆਂ ਦੀ ਕੋਝੀ ਹਰਕਤ ਇਹ ਗੁਰੂ ਰਾਮਦਾਸ ਦਾ ਭਾਣਾ ਨਾ। ਪੁੱਤ ਮਾਰ ਕੇ ਪੱਤ ਰੋਲਤੀ ਜਿਹਦੀ ਥਾਣਿਆਂ ਨੇ, ਸੁਭਾਅ ਦੀ ਬਾਲੀ ਕੌੜੀ ਕਰਤੀ ਮਾਲਕਾ ਤੇਰੇ ਮਿੱਠੇ ਭਾਣਿਆਂ ਨੇ। ਹੁਣ ਇਨਸਾਫ਼ ਦੀ ਉਮੀਦ ਵੀ ਔਖੀ ਲੱਗਦੀ, ਜੱਜ ਵੀ ਦੱਲਾ ਕਿਸੇ ਖਾਸ ਦਾ ਹੋ ਚੱਲਿਆ। ਚੱਲ ਬਾਕੀ ਪੜ੍ਹੀ ਕਿਤਾਬਾਂ, ਉੱਠ ਖਲੋ ਜਾ, ਵਕਤ ਅਰਦਾਸ ਦਾ ਹੋ ਚੱਲਿਆ, ਵਕਤ ਅਰਦਾਸ ਦਾ ਹੋ ਚੱਲਿਆ।